ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਸੈਂਟੈਂਸ ਕਰਾਂਗੇ। ਪਹਿਲਾ ਸੈਂਟੈਂਸ ਹੈ, ਐਕਸਪੀਰੀਅੰਸ ਇਜ਼ ਦਾ ਬੈਸਟ ਟੀਚਰ। ਜਿੱਦਾਂ ਆਪਾਂ ਪੰਜਾਬੀ 'ਚ ਤਜਰਬਾ ਕਹਿੰਦੇ ਹਾਂ, ਆਪਾਂ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਵਰਤਦੇ ਹਾਂ। ਸੋ ਇਹਦੀ ਵਨ ਗੁੱਡ ਥਿੰਗ ਆ ਕਿ ਇੱਧਰ ਵੀ ਆਪਾਂ ਐਕਸਪੀਰੀਅੰਸ ਸੇਮ ਹੀ ਆ, ਬੋਲਣ ਦੇ ਵਿੱਚ ਡਿਫਰੈਂਟ ਆ, ਐਕਸਪੀਰੀਅੰਸ ਹੀ ਆ, ਲਿਟਲ ਬਿਟ ਡਿਫਰੈਂਟ ਆ। ਇੱਥੇ ਈ ਆ ਰਿਹਾ, ਇੱਥੇ ਈ ਆਈ ਐਂਡ ਏ ਆ ਰਿਹਾ। ਸਪੈਨਿਸ਼ ਵਿੱਚ ਬੋਲੀਏ ਤਾਂ ਈ ਤੇ ਆ, ਦਿਸ ਇਜ਼ ਨੋਟ ਅ ਏ, ਦਿਸ ਇਜ਼ ਆ। ਓਕੇ, ਲਾ ਐਕਸਪੀਰੀਅੰਸ ਹੀ ਆ। ਲਾ ਜਿਹੜਾ ਹੈ ਇਹ ਆਰਟੀਕਲ ਹੈ, ਲਾ ਨੂੰ ਇਸ ਤਰੀਕੇ ਨਾਲ ਯਾਦ ਨਹੀਂ ਕਰਨਾ, ਦਿਸ ਇਹ ਅੰਡਰਸਟੈਂਡ ਕਰਨਾ ਇਸਨੂੰ, ਦਿਸ ਇਜ਼ ਅ ਗ੍ਰਾਮਰ ਪਾਰਟ। ਲਾ ਲਾ ਜਿਹੜਾ ਫੈਮਿਨਿਨ ਆਰਟੀਕਲ ਹੈ, ਠੀਕ ਹੈ। ਔਰ ਦੇਖੋ ਜਦੋਂ ਪਿੱਛੇ ਆ ਰਿਹਾ ਤਾਂ ਮੋਸਟ ਆਫ ਦਾ ਟਾਈਮ ਜਦੋਂ ਨਾਊਨ ਵਿੱਚ ਪਿੱਛੇ ਆ ਏ ਆਵੇ, ਆ ਆਵੇ ਸਪੈਨਿਸ਼ ਦਾ, ਤਾਂ ਜਿਹੜਾ ਆਰਟੀਕਲ ਹੈ ਫੈਮਿਨਿਨ ਹੁੰਦਾ ਹੈ, ਠੀਕ ਹੈ। ਜੇ ਉਹ ਆਵੇ ਤਾਂ ਮਸਕੁਲਿਨ। ਨੈਕਸਟ ਹੈ ਇਜ਼ ਦਾ ਬੈਸਟ ਟੀਚਰ। ਜਿੱਦਾਂ ਮੈਂ ਪੰਜਾਬੀ ਵਿੱਚ ਕਹਿੰਦੀ ਹਾਂ ਨਾ, ਹੈ, ਉਹ ਹੈ, ਇਸ ਹੈ, ਇਸਨੂੰ ਵੀ ਰੱਟਾ ਨਹੀਂ ਲਗਾਉਣਾ। ਜਦੋਂ ਵੀ ਤੁਸੀਂ ਕੋਈ ਆਪਣਾ ਰਿਟਨ ਐਗਜ਼ਾਮ ਦੇਣਾ ਜਾਂ ਤੁਸੀਂ ਬੋਲਣਾ, ਤੁਹਾਡੇ ਮੂੰਹ 'ਚ ਇਹਦਾ ਹੈ ਆ ਰਿਹਾ ਪੰਜਾਬੀ 'ਚ, ਤਾਂ ਤੁਸੀਂ ਕੀਪ ਇਨ ਮਾਇੰਡ ਕਿ ਉਹ ਇਸ ਦਾ ਯੂਜ਼ ਕਰਨਾ। ਦਾ ਬੈਸਟ ਟੀਚਰ, ਲਾ ਮੇਖੋਰ ਪ੍ਰੋਫੈਸੋਰਾ, ਠੀਕ ਹੈ। ਬੈਸਟ ਮੇਖੋਰ ਪ੍ਰੋਫੈਸੋਰਾ। ਇੱਕ ਗਲਤੀ ਜਿਹੜੀ ਹੋਰ ਕਰਦੇ ਆ ਸਟਾਰਟਿੰਗ ਦੇ ਵਿੱਚ ਆਪਾਂ ਬੋਲਣ ਲੱਗੇ ਹਾਂ, ਇਸਨੂੰ ਮੇਯੋਰ ਨਹੀਂ ਕਹਿਣ ਦੇਣਾ, ਇਟਸ ਅ ਮੇਖੋਰ, ਖ ਦੀ ਸਾਊਂਡ ਆਣੀ ਹੈ। ਇਸ ਦੇ ਉੱਪਰ ਅਲੱਗ ਤੋਂ ਵੀਡੀਓ ਹੋਈ ਹੈ ਤਾਂ ਤੁਸੀਂ ਉਹ ਦੇਖ ਸਕਦੇ ਹੋ, ਲਿਤਰਾ ਖੇ। ਨੈਕਸਟ ਸੈਂਟੈਂਸ, ਇੰਜੋਏ ਯੂਅਰ ਵੋਕੇਸ਼ਨ, ਠੀਕ ਹੈ। ਦਿਸ ਫਰੂਤਾ ਆਪਣੀ ਵਰਬ ਮੇਨ ਹੁੰਦੀ ਹੈ, ਦਿਸ ਫਰੂਤਾਰ ਇਸ ਤਰੀਕੇ ਨਾਲ, ਇਸ ਤਰੀਕੇ ਨਾਲ, ਠੀਕ ਹੈ। ਬਟ ਇਸਨੂੰ ਕੰਜੂਗੇਟ ਕੀਤਾ ਹੈ ਸਿੰਪਲੀ, ਮੈਂ ਕਿਸੇ ਨੂੰ ਜਰਨਲ ਵੀ ਕਹਿ ਰਹੀ ਹਾਂ ਜਾਂ ਆਪਾਂ ਸਾਹਮਣੇ ਵਾਲੇ ਨੂੰ ਹੀ ਆਪਾਂ ਇਸ ਤਰੀਕੇ ਨਾਲ ਕਹਿ ਰਹੇ ਹਾਂ, ਦਿਸ ਫਰੂਤਾ। ਮੈਂ ਥਰਡ ਬੰਦੇ ਨੂੰ ਤਾਂ ਕਹਿਣ ਨਹੀਂ ਨਾ ਜਾਣਾ ਕਿ ਉਹ ਇੰਜੋਏ ਕਰੇ, ਸੈਕਿੰਡ ਨੂੰ, ਦਿਸ ਫਰੂਤਾ ਦੇ ਤੁਸ ਵਾਕਾਸੀਓਨਿਸ, ਸੈਕਿੰਡ ਪਰਸਨ ਦੇ ਲਈ, ਠੀਕ ਹੈ। ਔਰ ਇਸਨੂੰ ਕੰਜੂਗੇਟ ਕੀਤਾ, ਇਸਨੂੰ ਵੀ ਰੱਟਾ ਨਹੀਂ ਲਗਾਉਣਾ, ਸਮਝਣਾ ਹੈ ਕਿ ਅੱਛਾ ਦਿਸ ਫਰੂਤਾਰ ਹੁੰਦਾ ਹੈ ਇੰਜੋਏ ਕਰਨਾ, ਮੈਂ ਕਰੂੰਗੀ ਤਾਂ ਕੁਛ ਹੋਰ ਆ, ਤਾਂ ਉਹ ਚੇਂਜ ਹੋਏਗਾ ਦਿਸ ਫਰੂਤਾਰ। ਸੋ ਇਹ ਸੀਗੀ ਅੱਜ ਦੀ ਸ਼ੋਰਟ ਵੀਡੀਓ। ਆਈ ਹੋਪ ਕੁਛ ਨਾ ਕੁਛ ਜਿਹੜਾ ਤੁਸੀਂ ਜ਼ਰੂਰ ਸਿੱਖਿਆ ਹੋਊਗਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।